ਜਦੋਂ ਨਾਈ ਤੁਸੀਂ ਕਰਦੇ ਤੇ ਉਹਦੇ ਥੱਲੇ ਦੀਵਾ ਕਿਉਂ ਰੱਖਦੇ ਪਰੜੇ ਥੱਲੇ? ਨਹੀਂ ਇਹ ਨਾ ਕਿਸੇ ਨੂੰ ਨਹੀਂ ਪਤਾ ਗਾ, ਉਹਦਾ ਮਤਲਬ ਇਹ ਹੁੰਦਾ ਹੈ ਵੀ ਕਾਕਾ ਅੱਜ ਤੋਂ ਤੇਰੇ ਜ਼ਿੰਦਗੀ ਚ ਚਾਨਣ ਹੋ ਜਾਣਾ ਹੈ, ਵੀ ਤੇਰੀ ਜ਼ਿੰਦਗੀ ਬਦਲ ਜਾਣੀ ਹੈ ਤੇ ਚਾਨਣ ਹੋ ਜਾਣਾ ਹੈ। ਠੀਕ ਹੈ, ਕਿਉਂ ਅੱਜ ਤੋਂ ਬਾਅਦ ਤੇਰਾ ਵਿਆਹ ਹੋਣਾ, ਲੈਣ ਬਦਲ ਜਾਣੀ ਹੈ ਤੇ ਜ਼ਿੰਦਗੀ ਦੇ ਚਾਨਣ ਦੇ ਰੂਪ ਚ ਚਲਾਉਣਾ, ਤਾਂ ਉਹਦੇ ਥੱਲੇ ਦੀਵਾ ਰੱਖਿਆ ਜਾਂਦਾ ਹੈ। ਠੀਕ ਹੈ, ਅੱਜ ਕੱਲ੍ਹ ਤੇ ਬੁੜੀਆਂ ਨੂੰ ਵੀ ਨਹੀਂ ਪਤਾ ਵੀ ਕਾਹ ਤੋਂ ਰੱਖਦੇ, ਭੇਡ ਚਾਲ ਰੱਖ ਦਿਓ ਕਰਕੇ ਰੱਖ ਦਿੰਦੇ। ਠੀਕ ਹੈ, ਵੀ ਨਵੀਂ ਜ਼ਿੰਦਗੀ ਸਟਾਰਟ ਹੋਣ ਲੱਗੀ ਆ। ਹਾਂ, ਜਿਹੜੇ ਨਾਨਕੇ ਸੀ ਨਾ, ਨਾਨਕੇ ਮਤਲਬ ਕਿ ਉਹ ਸੱਜ ਦੇ ਵਿੱਚ ਸਭ ਕੁਛ ਧਰ ਕੇ ਲਿਆਉਂਦੇ ਸੀ ਆਪਦੀ ਧੀ ਲਈ, ਵੀ ਟੂਮਾ ਕਰ ਲਓ ਜਾਂ ਕੁਛ ਵੀ ਕਰ ਲਓ ਜਦੋਂ ਕੋਈ ਵਿਆਹ ਹੁੰਦਾ। ਠੀਕ ਹੈ, ਤੇ ਉਹ ਤਾਂ ਸੱਜ ਵਾਲੀਆਂ ਜਿਹੜੀਆਂ ਟੂਮਾ ਸੀ ਉਹ ਤਾਂ ਫੜਾ ਦਿੰਦੇ ਸੀ ਦੇਖ ਸਾਰੀਆਂ ਉਹਨਾਂ ਨੂੰ, ਧੀ ਨੂੰ ਆਪਦੀ ਨੂੰ ਸੁਆ ਦਿੰਦੇ ਸੀ ਤੇ ਉਹ ਸੱਜ ਰਹਿ ਜਾਣਾ ਸੀ ਇਕੱਲਾ। ਵੀ ਕਹਿੰਦੇ ਵੀ ਧੀ ਦੇ ਘਰ ਦਾ ਨੀ ਜਾਣਾ ਵਾਪਸ ਆਪਾਂ ਕੁਛ, ਉਹਨੂੰ ਉੱਥੇ ਤੋੜ ਕੇ ਆਉਂਦੇ। ਤੁਸੀਂ ਦੇਖ ਲਓ, ਪਤਾ ਹੀ ਨੀ ਕਿਸੇ ਨੂੰ ਸੱਜ ਕਿਉਂ ਤੋੜਦੇ।